राहुल गांधी अज तो तीन दिन पंजाब दौरे ते ने मोगा दे बदनी कला विच खेती कानूना खिलाफ ट्रैक्टर रैली करनगे। राहुल गांधी तीन दिन दौरान सिर्फ 50 किलोमीटर का सफर तय करनगे। राहुल गांधी दे पंजाब दौरे ते विरोधी धिरां वल्लों सवाल चुके जा रहे ने। श्रोमणी अकाली दल वल्लों भी राहुल गांधी दे पंजाब दौरे नूं लैके सवाल खड़े किए गए ने। खुद पार्टी प्रधान सुखबीर सिंह बादल वल्लों कई अहम सवाल राहुल गांधी तो पुछे गए ने। दूजे पास जिस तरह दे नाल कांग्रेस लगातार कह रही है कि कांग्रेस किसानां दे हक विच खड़ी है, पर कांग्रेस ते पंजाब सरकार ते दोहरे रवैये नूं लैके विरोधी धिरां वल्लों सवाल चुके जा रहे ने, ते जिस तरह दे नाल एकजुटता भी नजर नहीं आ रही, क्योंकि नवजोत सिद्धू भी इस रैली दे विच शामिल होने ते चर्चा है ते लगातार क्यास राइयां लगाईयां जा रही ने। पर दूजे पास जिस तरह दे नाल कैप्टन अमरिंदर सिंह ते नवजोत सिद्धू विचाले तकरार लगातार बनी हुई है, इस विचकार एक अहम गल ये भी है कि नवजोत सिद्धू ते मुख्यमंत्री पंजाब कैप्टन अमरिंदर सिंह दोवें इकट्ठे इन्हां रैलियां दा हिस्सा बनणगे, क्योंकि लगातार यह भी कोशिश की जा रही है कि नवजोत सिद्धू नूं कोई वड्डा अहुदा दिता जा सकता है, पंजाब कांग्रेस प्रधान बनाया जा सकता है, पर कैप्टन अमरिंदर सिंह लगातार इसका भी विरोध कर रहे हैं। इस विचकार राहुल गांधी का पंजाब दौरा अज तो शुरू हो रहा है। अज तो 6 अक्तूबर तक पंजाब दौरे ते ने राहुल गांधी। अज मोगा के बदनी कला विच खेती कानूना खिलाफ ट्रैक्टर रैली करेंगे राहुल गांधी। नवीन शर्मा मेरे सहयोगी होर जानकारी दे नाल बन के ने। तो नवीन, जिस तरह के नाल हुण कांग्रेस सरकत में आई है, तो हुण राहुल गांधी अज तो 6 अक्तूबर तक पंजाब दौरे ते ने, ट्रैक्टर रैली के जरिए किसानों के हक में आवाज़ बुलंद करनगे। पर पार्टी के जिस तरह के नाल तकरार भी बनी हुई है कैप्टन ते सिद्धू विचाले, इस नूं लैके भी कई सवाल खड़े हो रहे हैं। फिलहाल अज की गल करिए, अज की रैली नूं लैके की कुछ होर जानकारी? ਸਵਾਤੀ, ਅੱਜ ਰਾਹੁਲ ਗਾਂਧੀ ਜਿਹੜੇ 12 ਵਜੇ ਦੇ ਕਰੀਬ ਮੋਗਾ ਪਹੁੰਚਣਗੇ ਤੇ ਹਲਵਾਰਾ 에ਅਰਪੋਰਟ ਤੇ ਉਹਨਾਂ ਦਾ ਚੋਪਰ ਉਤਰੇਗਾ ਚੰਡੀਗੜ੍ਹ ਤੋਂ। ਉਹ ਚੋਪਰ ਤੋਂ ਹਲਵਾਰਾ 에ਅਰਪੋਰਟ ਲੁਧਿਆਣਾ 'ਚ ਪਹੁੰਚਣਗੇ। ਪਰ ਜਿਹੜਾ 12:15 ਤੇ ਇਹ ਟਰੈਕਟਰ ਰੈਲੀ ਦੀ ਸ਼ੁਰੂਆਤ ਹੋਏਗੀ, ਔਰ ਕਈ ਪਿੰਡਾਂ ਤੋਂ ਹੁੰਦੀ ਹੋਈ ਇਹ ਲੁਧਿਆਣਾ ਦੇ ਜਿਹੜਾ ਜਗਰਾਓ ਦੇ ਕੋਲ ਚੱਕਰ ਪਿੰਡ ਹੈ ਉੱਥੇ ਇਹ ਪਹੁੰਚੇਗੀ, ਔਰ 1:40 ਤੇ ਬਦਨੀ ਕਲਾ ਤੋਂ, ਕਿਉਂਕਿ ਕਈ ਪਿੰਡਾਂ ਤੋਂ ਹੁੰਦੀ ਹੋਈ ਇਹ ਟਰੈਕਟਰ ਰੈਲੀ ਰਾਹੁਲ ਗਾਂਧੀ ਦੀ ਪਹੁੰਚਦੇ ਹੋਏ ਲੁਧਿਆਣਾ ਦੇ ਵਿੱਚ ਸਮਾਪਤੀ ਹੋਏਗੀ। ਪਰ ਇਸ ਰੈਲੀ ਦੇ ਵਿੱਚ ਜਿਹੜੀ ਫੁੱਟ ਹੈ ਉਹ ਸਾਫ਼ ਤੌਰ ਤੇ ਨਜ਼ਰ ਆਏਗੀ, ਕਿਉਂਕਿ ਇਸ ਰੈਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਤੇ ਹਰੀਸ਼ ਰਾਵਤ ਤੇ ਜਿੰਨੇ ਵੀ ਕੈਬਨਿਟ ਮੰਤਰੀ ਆ ਉਹ ਵੀ ਉੱਥੇ ਪਹੁੰਚਣਗੇ ਰੈਲੀ ਦੇ ਵਿੱਚ। ਪਰ ਇਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਨਹੀਂ ਹੋਣਗੇ। ਸੋ ਕਿਧਰੇ ਨਾ ਕਿਧਰੇ ਇਹ ਜਿਹੜੀਆਂ ਦੂਰੀਆਂ ਨੇ, ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨਾਲ ਮੀਟਿੰਗ ਕਰਦੇ ਨੇ ਉਦੋਂ ਨਵਜੋਤ ਸਿੰਘ ਸਿੱਧੂ ਉਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਮੁੱਖ ਮੰਤਰੀ ਦੇ ਨਾਲ, ਪਰ ਜਦੋਂ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਨਾਲ ਜ਼ਰੂਰ ਨਜ਼ਰ ਆਉਂਦੇ ਨੇ। ਸੋ ਇਹ ਕਿਤੇ ਨਾ ਕਿਤੇ ਜਿਹੜੀ ਅੱਜ ਦੀ ਤਸਵੀਰ ਹੈ ਇਹ ਕਾਂਗਰਸ ਦੇ ਵਿੱਚ ਫੁੱਟ ਦੀ ਜ਼ਰੂਰ ਨਜ਼ਰ ਆਏਗੀ, ਕਿਉਂਕਿ ਮੋਗਾ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਚਾਹੇ ਉਹ ਸੁਨੀਲ ਜਾਖੜ ਹੈ ਚਾਹੇ ਉਹ ਨਵਜੋਤ ਸਿੰਘ ਸਿੱਧੂ ਹੈ, ਕਿਉਂਕਿ ਕਾਫੀ ਆਪਸ ਦੇ ਵਿੱਚ ਸੁਨੀਲ ਜਾਖੜ ਤੇ ਨਵਜੋਤ ਸਿੰਘ ਸਿੱਧੂ ਦਾ ਆਪਸ ਵਿੱਚ ਕਾਫੀ ਪਿਆਰ ਹੈ, ਇਹ ਜਗ ਜ਼ਾਹਰ ਹੈ। ਪਰ ਮੁੱਖ ਮੰਤਰੀ ਇਸ ਦੇ ਵਿੱਚ ਰੈਲੀ ਦੇ ਵਿੱਚ ਕਿਧਰੇ ਨਾ ਕਿਧਰੇ ਨਜ਼ਰ ਨਹੀਂ ਆਉਣਗੇ, ਇਹ ਸਾਨੂੰ ਖਬਰਾਂ ਜ਼ਰੂਰ ਮਿਲ ਰਹੀਆਂ ਨੇ। ਪਰ ਹਾਂ, ਇਹ ਅਗਰ ਮੁੱਖ ਮੰਤਰੀ ਅੱਜ ਨਜ਼ਰ ਨਹੀਂ ਆਉਂਦੇ ਤਾਂ ਇਹ ਸਿੱਧੇ ਸਿੱਧੇ ਇਹ ਵੀ ਹੈ ਕਿ ਕਿਧਰੇ ਨਾ ਕਿਧਰੇ ਕਾਂਗਰਸ ਦੇ ਵਿੱਚ ਫੁੱਟ ਜ਼ਰੂਰ ਨਜ਼ਰ ਆਉਂਦੀ ਹੈ, ਕਿਉਂਕਿ ਜਿਹੜੇ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ ਉਹ ਕਈ ਵਾਰ ਬਿਆਨ ਦੇ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਜਿਸ ਤਰ੍ਹਾਂ ਦੇ ਨਾਲ ਹੋਰ ਖਬਰਾਂ ਵੀ ਆ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚ ਇੱਕ ਵੱਡਾ ਅਹੁਦਾ ਮਿਲ ਸਕਦਾ। ਸੋ ਕਿਧਰੇ ਨਾ ਕਿਧਰੇ ਨਾਰਾਜ਼ਗੀ ਜ਼ਰੂਰ ਹੈਗੀ ਹੈ ਆਪਸ ਦੇ ਵਿੱਚ ਕਾਂਗਰਸੀ ਵਰਕਰਾਂ ਦੀ ਔਰ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਦੀ। ਸੋ ਅੱਜ ਜਿਹੜੀ ਟਰੈਕਟਰ ਰੈਲੀ ਪਿੰਡਾਂ ਤੋਂ ਹੁੰਦੀ ਹੋਈ ਜਿਹੜੀ ਰਾਹੁਲ ਗਾਂਧੀ ਦੇ ਨਾਲ ਮੋਗੇ ਤੋਂ ਲੁਧਿਆਣਾ ਪਹੁੰਚੇਗੀ, ਉਸ ਤੋਂ ਬਾਅਦ ਬਾਏ ਰੋਡ ਰਾਹੁਲ ਗਾਂਧੀ ਸੰਗਰੂਰ ਪਹੁੰਚਣਗੇ। ਔਰ ਅੱਜ ਦੀ ਰੈਲੀ ਸਵਾਲ ਵੀ ਕਈ ਤਰ੍ਹਾਂ ਦੇ ਕਾਂਗਰਸ ਦੇ ਜਿਹੜੇ ਆਪਸ ਦੀ ਫੁੱਟ ਹੈ ਉਹ ਵੀ ਕਈ ਤਰ੍ਹਾਂ ਦੇ ਖੜੇ ਹੁੰਦੇ ਨੇ। ਸੋ ਅੱਜ ਜਿਹੜੇ ਨਵਜੋਤ ਸਿੰਘ ਸਿੱਧੂ ਹੋਰ ਕੈਬਨਿਟ ਮੰਤਰੀ ਉੱਥੇ ਨਜ਼ਰ ਆਉਣਗੇ। ਸੋ ਜਿਸ ਤਰ੍ਹਾਂ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੇ ਉਹ ਜਿਸ ਤੋਂ ਬਾਅਦ ਇੱਕ ਵੱਡੇ ਅਹੁਦੇ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਹ ਬਿਲਕੁਲ ਨਵੀਂ ਤਕਰਾਰ ਜ਼ਰੂਰ ਇੱਥੇ ਨਜ਼ਰ ਆ ਰਹੀ ਹੈ ਕੈਪਟਨ ਤੇ ਸਿੱਧੂ ਵਿਚਾਲੇ ਇਸ ਵਿਚਕਾਰ, ਜਿਸ ਤਰ੍ਹਾਂ ਦੇ ਨਾਲ ਕਾਂਗਰਸ ਕਹਿ ਰਹੀ ਹੈ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੀ ਹੈ। ਕੀ ਹੁਣ ਪੰਜਾਬ ਦੇ ਕਿਸਾਨ ਕਾਂਗਰਸ ਤੇ ਭਰੋਸਾ ਕਰ ਸਕਦੇ ਨੇ, ਕਿਉਂਕਿ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਿ ਹੁਣ ਦੇਰ ਦੇ ਨਾਲ ਉਹਨਾਂ ਨੂੰ ਯਾਦ ਆਈ ਹੈ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ, ਤੇ ਜੇ ਪਾਰਟੀ ਹੀ ਇਕਜੁੱਟ ਨਹੀਂ ਹੋਏਗੀ ਤਾਂ ਕਿਸਾਨਾਂ ਦਾ ਭਰੋਸਾ ਕਿਸ ਤਰ੍ਹਾਂ ਜਿੱਤੇਗੀ ਕਾਂਗਰਸ?
स्वाति बिल्कुल, क्योंकि जिस तरह के नाल क्योंकि मोगा के पहले श्रोमणी अकाली दल ने भी किसानों के हक के रैली की है और कई पंजाब के अलग अलग हिस्सों के रैली की है। उस जगह से हुण जिहड़ी कांग्रेस है वो राहुल गांधी के नाल ट्रैक्टर रैली करन जा रही है पंजाब के, तो कई इस लैके कई तरह के सवाल तो जरूर खड़े होंगे ने, क्योंकि पंजाब सरकार कांग्रेस की है और हजे तक किसानी पक्षी कोई सरकार वालों कोई ऐसा बयान नहीं आया, क्योंकि किसान ये भी आख रहे हैं सरकार ने भी अपील कर रहे हैं कि जिहड़ा चाहे वो खेती कानून बिल पास हो गया पर सरकार जिहड़ी सूबे की सरकार है वो कई गाइडलाइन करके जिहड़ी सरकारी मंडी है उसनू चालू रख सकती है, पर हजे तक सरकार वालों मीटिंग भी हुई कैप्टन अमरिंदर सिंह नाल किसानों की पर हजे तक कोई भी यहोजा डिसीजन नहीं लिता गया। सो किधरे ना किधरे ये जरूर है कि जिहड़ी कांग्रेस है वो किसानों के हक के विच रैली करके ये दर्शाना चाहती है किसानों नूं कि असीं तुहाडे नाल आ, पर हजे तक जब तक कोई डिसीजन नहीं लिया जाता तो किसान भी जिहड़ी है वो कांग्रेस दे विरोध दे विच ने। सो लगातार ये जिहड़ा किसानों का विरोध है ये सड़कां ते तां वेखण नूं मिल रहा कांग्रेस दे विरोध, किसानों का विरोध भी लगातार सड़कां ते देखण नूं मिल रहा, दूजे पासे सियासी पार्टियां वल्लों पूरा समर्थन देण दी गल आखी जा रही है पर कई तरह के सवाल खड़े हो रहे हैं। इस विचकार अज राहुल गांधी पंजाब दौरे ते रहण वाले ने, तीन दिनां अंदर वो रैली करनगे ते रैलियां दे विच की कैप्टन अमरिंदर सिंह ते नवजोत सिद्धू एक दूजे का सामना करनगे ते उस तों बाद की कुछ हलचल होएगी, ये तमाम सवाल लगातार बरकरार ने। तुसीं नज़र बना के रखो, धन्नवाद तमाम गलबात लई।